ਠੱਗੀਆਂ ਕਰਕੇ ਭੇਜਾਂਗੇ ਪਿੰਡ, ਇਹੋ ਜਿਹੇ ਬੰਦੇ ਆ। ਤੇ ਬੰਦੇ ਇਹ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਜਹੇਦਾਰ ਬੰਦੇ ਆ। ਸਾਨੂੰ ਸੱਟ ਲਿਆ ਤੇ ਧੱਕੇ ਮਾਰ ਮਾਰ ਕੇ ਸਾਡੇ ਗਲਵੇਂ ਜੱਤ ਪਾ ਲਿਆ, ਲੀਲੇ ਪਾੜ ਕੇ ਸਾਡੇ, ਸਾਨੂੰ ਕਹਿੰਦੇ ਛੁੱਟ ਦੋ। ਬਿਲਕੁਲ ਕੋਈ ਗੱਲ ਨੀ ਹੋਈ ਉਸ ਗੱਲ ਨੂੰ, ਜਿਹੜੀ ਕਹਿੰਦੇ ਆ ਤੁਸੀਂ ਗੁਰਦੁਆਰੇ ਜਾ ਕੇ ਕੈਮਰੇ ਖੜਾ ਸਕਦੇ ਆ। मोगा के एक गुरुद्वारा में काम करने वाली दो औरतों को आज सुबह बुरी तरह से पीटा गया और जाति सूचक शब्द भी कहे गए। मोगा के गांव डगरू के पास एक गुरुद्वारा साहिब में पिछले 15 साल से काम कर रही दो औरतों को गुरुद्वारा की बनी नई कमेटी की तरफ से मारपीट की गई है। औरतों ने आरोप लगाए हैं कि उनको नई कमेटी की तरफ से गुरुद्वारा में दाखिल न होने की धमकी दी जा रही थी, क्योंकि वह छोटी जाति से संबंध रखती है। औरतों का कहना है कि इस संबंध में कल एक दरख्वास्त थाना सदर मोगा में दी गई थी, लेकिन पुलिस द्वारा उस पर कोई कार्रवाई नहीं की गई। इन्होंने पुलिस पर भी आरोप लगाए हैं कि पुलिस द्वारा उनको डराया धमकाया भी गया है। उन्होंने बताया कि उनके गांव के कुछ लोगों ने आज सुबह उन पर हमला कर दिया, जाति सूचक शब्द भी कहे और यहाँ तक कि इनके कपड़े भी फाड़ दिए। औरतों ने प्रशासन से मांग की है कि उनको इंसाफ दिलाया जाए। ਮੇਰਾ ਨਾਮ ਜੀ ਵਿਕਰਮ ਸਿੰਘ ਹੈ ਜੀ, ਅਤੇ ਡਗਰੂ ਪਿੰਡ ਦੇ ਵਾਸੀ ਹਾਂ ਜੀ। ਜੋ ਇਹ ਘਟਨਾ ਹੋਈ ਆ, ਇਹ ਬੀਬੀਆਂ ਪਿੰਡ ਡਗਰੂ ਦੀਆਂ ਨੇ, ਅਤੇ ਪਿਛਲੇ 10-15 ਸਾਲਾਂ ਤੋਂ ਗੁਰਦੁਆਰਾ ਤੰਬੂਮਾਲ ਸਾਹਿਬ ਡਗਰੂ ਮੋਗਾ ਵਿਖੇ ਸੇਵਾ ਕਰ ਰਹੀਆਂ ਨੇ, ਅਤੇ ਸਾਨੂੰ ਕੋਈ ਵੀ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ। ਪਰ ਇਹ ਕੁਛ ਬੰਦੇ ਜੋ ਆਪਦੇ ਜ਼ਿਮੀਦਾਰ ਹੋਣ ਦਾ ਹੰਕਾਰ ਵਿੱਚ ਮਾਈ ਸਿੱਖ ਭਾਈਚਾਰੇ ਨੂੰ ਗਲਤ ਅਪਸ਼ਬਦ ਬੋਲਦੇ ਨੇ, ਅਤੇ ਇਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਗੰਦੇ ਹੱਥ ਲਾਉਂਦੇ ਆ, ਵੀ ਪਵਿੱਤਰ ਥਾਂ ਨੂੰ ਵੀ ਗੰਧਲਾ ਕਰਦੇ ਹਾਂ, ਅਤੇ ਤੁਸੀਂ ਖਾਣ ਦੇ ਸਮਾਨ ਨੂੰ ਨਹੀਂ ਹੱਥ ਲਾਉਣਾ, ਲੰਗਰ ਨੂੰ ਹੱਥ ਨਹੀਂ ਲਾਉਣਾ, ਅਤੇ ਕਹਿੰਦੇ ਤੁਹਾਨੂੰ ਅਸੀਂ ਇਹਨਾਂ ਨੂੰ ਕੱਢ ਦਾਂਗੇ। ਜਦੋਂ ਇਹ ਘਟਨਾ ਹੋਈ ਅਤੇ ਇਹਨਾਂ ਨੇ ਆ ਕੇ ਦਰਖਾਸਤ ਲਿਖਾਈ, ਦਰਖਾਸਤ ਦੇਣ ਤੋਂ ਬਾਅਦ ਇਹਨਾਂ ਨੂੰ ਇਹੋ ਜਿਹੇ ਗਲਤ ਸ਼ਬਦ ਬੋਲਦੇ ਜੋ ਦੱਸਣ ਯੋਗ ਵੀ ਨਹੀਂ। ਉਹ ਕਹਿ ਰਹੇ ਜੇ ਹੁਣ ਦੀ ਦਰਖਾਸਤ ਦਿੱਤੀ ਜਾਂ ਕੋਈ ਗੱਲਬਾਤ ਕੀਤੀ ਤੁਹਾਨੂੰ ਉੱਥੋਂ ਗੁਰਦੁਆਰੇ ਤੋਂ ਨੰਗੀਆਂ ਕਰਕੇ ਭੇਜਾਂਗੇ ਪਿੰਡ, ਇਹੋ ਜਿਹੇ ਬੰਦੇ ਆ। ਅਤੇ ਬੰਦੇ ਇਹ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਜਹੇਦਾਰ ਬੰਦੇ ਹਾਂ, ਪਰ ਇਹਨਾਂ ਦੀ ਕੋਈ ਵੀ ਪਿੰਡ 'ਚ ਵੀ ਸੁਣਵਾਈ ਹੈ ਨਹੀਂ ਗੀ। ਇਹ ਬੀਬੀਆਂ ਬਹੁਤ ਹੀ ਸਤਿਕਾਰਯੋਗ ਬੀਬੀਆਂ, ਪਰਿਵਾਰ ਇਹਨਾਂ ਦਾ ਅਮਰਧਾਰੀ ਬੀਬੀਆਂ, ਇਹ ਦਰਖਾਸਤ ਦਿੱਤੀ ਗਈ ਸੀ, ਪੁਲਿਸ ਨੇ ਕੋਈ ਵੀ ਕਾਰਵਾਈ ਇਸ 'ਤੇ ਨਹੀਂ ਕੀਤੀ। ਪਰ ਜਦੋਂ ਹੁਣ ਅਸੀਂ ਅਗਲੇ ਦਿਨ ਆਏ ਹਾਂ, ਫਿਰ ਵੀ ਸਾਨੂੰ ਘੱਲ ਘਲਾ ਠਾਣੇ ਵਾਲਿਆਂ ਨੇ ਗੱਲ ਗੋਲਮੋਲ ਜੀ ਕਰਕੇ ਸਾਨੂੰ ਫਿਰ ਭੇਜ ਦਿੱਤਾ, ਸਾਡੀ ਕੋਈ ਉੱਥੇ ਕੋਈ ਵੀ ਸੁਣਵਾਈ ਨਹੀਂ ਹੋਈ। ਕੋਈ ਨਹੀਂ, ਇਹ ਬੀਬੀਆਂ ਦੱਸਣ ਦੇ ਮੁਤਾਬਕ ਕੱਲ੍ਹ ਇੱਕ ਥਾਣੇਦਾਰ ਨੇ ਇਹਨਾਂ ਨੂੰ ਦਬਕੇ ਦੁਬਕੇ ਮਾਰੇ ਵੀ ਤੂੰ ਇਹ ਕੰਮਾਂ ਤੋਂ ਤੁਸੀਂ ਕੀ ਲੈਣਾ, ਤੁਸੀਂ ਆਪਦਾ ਰੋਟੀ ਖਰਚਾ ਚਲਾਓ। ਥਾਣੇਦਾਰ ਨਾਮ ਕੀ ਹੈ ਜੀ ਉਹਨਾਂ ਦਾ? ਅਸੀਂ ਤਾਂ ਮੰਗ ਇਹੀ ਕਰਦੇ ਹਾਂ ਜੀ, ਜੋ ਵੀ ਕਾਰਵਾਈ ਇਹਨਾਂ 'ਤੇ ਬਣਦੀ ਕਾਰਵਾਈ ਕਰ ਲੈਣੀ ਚਾਹੀਦੀ ਹੈ ਜੀ, ਕਿਉਂਕਿ ਇਹ ਬੀਬੀਆਂ ਦੇ ਪਤੀ ਵੀ ਨਹੀਂ ਹੈਗਾ, ਸਿਰ 'ਤੇ ਸਾਇਆ ਵੀ ਹੈ ਨਹੀਂ, ਇਹ ਬੀਬੀਆਂ ਕੀ ਕਰਨ। ਸੋ ਅਸੀਂ ਸਾਰੇ ਮਾਈ ਸਿੱਖ ਭਾਈਚਾਰਾ ਦੇ ਪਿੰਡ ਦੇ ਸਾਰੇ ਨਗਰ ਵਾਸੀ ਇਹਨਾਂ ਬੀਬੀਆਂ ਦੇ ਨਾਲ ਖੜ੍ਹੇ ਹਾਂ, ਅਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਮਾਮਲਾ ਸਰ ਇਸ ਤਰ੍ਹਾਂ ਵੀ ਉੱਥੇ ਉਹ ਬੁੜੀਆਂ ਮੁਲਾਜ਼ਮ ਰੱਖੀਆਂ ਗਈਆਂ ਸੀਗੀਆਂ, ਪ੍ਰਧਾਨ ਸਾਹਿਬ ਵੀ ਆ, ਪਹਿਲਾਂ ਕਮੇਟੀ ਸੀਗੀ 10 ਸਾਲ, ਉਹ ਉੱਥੇ ਰੱਖੀਆਂ ਮੁਲਾਜ਼ਮ ਲੰਗਰ ਪਾਣੀ 'ਤੇ, ਅਤੇ ਉੱਥੇ ਦੁੱਧ ਪਾਣੀ ਦਾ ਕੰਮ ਚੱਲਦਾ ਸੀ, ਲੈ ਆਉਂਦਿਆਂ ਸੀ ਅਤੇ ਸੰਗਤ ਨੂੰ ਨਹੀਂ ਸੀ ਪਿੱਛੋਂ ਮਿਲਦਾ, ਕੋਈ ਚਾਹ ਲੋ ਰਹਿੰਦਾ, ਕੋਈ ਕਿਵੇਂ ਰਹਿੰਦਾ ਸੀਗਾ। ਇਹ ਆਪਣੇ ਕਾਲਾ ਸਿੰਘ ਉੱਥੇ ਸੀਗਾ ਲਾਂਗਰੀ, ਵੀ ਜਿਹਨੇ ਦੁੱਧ ਪਾ ਕੇ ਦੇਣਾ ਜਾਂ ਲੰਗਰ ਦੇਣਾ ਇਹਦੀ ਜ਼ਿੰਮੇਵਾਰੀ ਸੀਗੀ। ਇਹ ਮੇਰਾ ਭਾਈ ਕਹਿੰਦਾ ਵੀ ਤੁਸੀਂ ਭਾਈ ਇਹ ਤੋਂ ਕਾਲਾ ਸਿੰਘ ਤੋਂ ਪਾਉਣਾ ਦੁੱਧ, ਵੀ ਜੇ ਘੱਟ ਆ ਤਾਂ ਘੱਟ, ਜੇ ਵੱਧ ਆ ਤਾਂ ਵੱਧ ਲੈ ਜਾ ਕਰੋ। ਉਹ ਕਹਿੰਦੇ ਅਸੀਂ ਇਹ ਤਾਂ ਨੌਕਰ ਹੈ ਇੱਥੋਂ ਦਾ, ਇਹ ਤੋਂ ਤਾਂ ਅਸੀਂ ਪਾਉਣਾ ਨਹੀਂ ਗਾ, ਇਹ ਇਹਨਾਂ ਵਿੱਚ ਨਹੀਂ ਪਾਉਣਾ, ਕਿਉਂਕਿ ਇਹਦੀ ਜ਼ਿੰਮੇਵਾਰੀ ਆ। ਕੱਲ੍ਹ ਨੂੰ ਇੱਥੋਂ ਕੋਈ ਅੱਗੇ ਗੁਰਦੁਆਰਿਆਂ ਦੇ ਵਿੱਚ ਕਈ ਕੁਛ ਵਾਪਰਿਆ, ਕੋਈ ਉਹ ਜੀ ਕੈਂਤੂ ਪਰੰਤੂ ਗੱਲ ਹੋ ਗਈ, ਫਿਰ ਕੌਣ ਜ਼ਿੰਮੇਵਾਰ ਹੈ? ਇਸ ਗੱਲ ਤੋਂ ਅੱਜ ਜਿਹੜੀ ਕੁੱਟਮਾਰ ਹੋਈ ਆ, ਕੋਈ ਬੰਦਾ ਸਾਬਤ ਕਰ ਦੇਵੇ ਥਰਡ ਪਰਸਨ ਵੀ ਇਹਨਾਂ ਨੂੰ ਬੰਦਾ ਕੋਈ ਮਿਲਿਆ ਹੋਵੇ, ਵੀ ਇਹਨਾਂ ਨੂੰ ਕਿਸੇ ਨੇ ਬੁਲਾਇਆ ਹੋਵੇ, ਜਾਂ ਵੀ ਇਹ ਕੋਈ ਬੰਦਾ ਥਰਡ ਪਰਸਨ ਸਹੁੰ ਖਾ ਕੇ ਕਹਿ ਦੇਵੇ ਕਿ ਅਸੀਂ ਸਾਰਾ ਟੱਬਰ ਉੱਥੇ ਤੰਬੂਮਾਲ ਸਹੁੰ ਖਾਵਾਂਗੇ, ਸਾਡਾ ਪਿੰਡ ਉੱਥੇ ਸਹੁੰ ਖਾਊਗਾ ਸਾਰਾ। ਬਿਲਕੁਲ ਜੀ, ਵੈਲ ਉਹ ਕੈਮਰੇ ਲੱਗੇ ਜੀ ਸਾਡੇ ਗੁਰਦੁਆਰਾ ਸਾਹਿਬ, ਉਹ ਤੁਸੀਂ ਦੇਖ ਸਕਦੇ, ਚੈੱਕ ਕਰ। ਉੱਥੇ ਕੈਮਰੇ ਨਹੀਂ ਲੱਗੇ, ਉੱਥੇ ਲੋਕ ਲੰਘਦੇ ਆ, ਸੁਬਾਹ 8 ਵਜੇ ਦਾ ਟਾਈਮ ਆ, ਕੋਈ ਬੰਦਾ ਪਿੰਡ ਦਾ ਵਸਨੀਕ ਉੱਥੇ ਖੜਤਾ ਸਕਦਾ ਹੀ ਆ, ਵੀ ਕੁੱਟੀ ਮਾਰੀ ਜਾਂਦੇ ਬੁੜੀਆਂ ਨੂੰ ਜਾਂ ਕੋਈ ਗੱਲਬਾਤ ਕਰ ਰਹੇ ਆ, ਉੱਥੇ ਕੋਈ ਨਾ ਕੋਈ ਤਾਂ ਬੰਦਾ ਖੜਦਾ ਹੀ ਆ ਲੜਦਾ ਨੂੰ ਵੇਖ ਕੇ ਜਾਂ ਕੋਈ ਗੱਲਬਾਤ। ਉਹ ਪਿਆਰਾ ਸਿੰਘ ਨੇ ਕੀਤੀ ਆ ਜੀ, ਉਹ ਬਸ਼ਰਾਰਤੀ ਅੰਸਰ ਆ। ਪਿਆਰਾ ਸਿੰਘ ਪਹਿਲਾਂ ਪ੍ਰਧਾਨ ਸੀਗਾ ਉੱਥੇ, ਪਿਆਰਾ ਸਿੰਘ ਪਹਿਲਾਂ ਸਾਬਕਾ ਸੀਗਾ ਮੀਤ ਪ੍ਰਧਾਨ,
ਪਿਆਰਾ ਸਿੰਘ ਨੂੰ ਉੱਥੋਂ ਇਸ ਵਾਸਤੇ ਕੱਢਿਆ ਗਿਆ ਸੀ, ਪਿਆਰਾ ਸਿੰਘ ਤੇ ਪਰਚਾ ਹੋ ਗਿਆ ਸੀਗਾ ਚਿੱਟੇ ਦਾ, ਤੇ ਇਸ ਗੱਲ ਦਾ ਵੀ ਇਹ ਇੱਥੇ ਗਲਤ ਹਰਕਤਾਂ ਕਰਦਾ। ਉਦੋਂ ਆਪਣੇ ਧਰਨੇ ਵੀ ਲੱਗਦੇ ਰਹੇ ਆ, ਤੁਹਾਨੂੰ ਸ਼ਾਇਦ ਯਾਦ ਹੋਊਗਾ, ਆਪਣੇ ਡੈਪਟੀ ਗੁਰਵਿੰਦਰ ਸਿੰਘ ਜੀ ਹੁੰਦੇ ਸੀਗੇ, ਉਹਨਾਂ ਨੇ ਫੈਸਲਾ ਨਿਬੜਿਆ। ਫਿਰ ਸਾਡੀ ਜਹਿਦਰ ਤੋਤਾ ਇਹ ਹਾਂ ਉੱਥੇ ਰੱਖੀਆਂ ਵੀ ਅਸੀਂ ਸੇਵਾ ਦਾ, ਇਹ ਹੋ ਗਿਆ 10-12 ਸਾਲ। ਹਾਂਜੀ, ਅਚਾਨਕ ਤਾਂ ਜਦੋਂ ਕਮੇਟੀ ਬਦਲ ਗਈ ਜੀ, ਹੋਇਆ ਕੁਛ ਨੀ, ਕਮੇਟੀ ਬਦਲ ਗਈ। ਉਹ ਜਿਹੜਾ ਦੂਸਰਾ ਪ੍ਰਧਾਨ ਆ, ਸੈਕਿੰਡ ਪ੍ਰਧਾਨ ਆ, ਉਹ ਜਾ ਕੇ ਸਾਡੀ ਇਹਨਾਂ ਨੂੰ ਪੁੱਛਦਾ ਤੁਹਾਨੂੰ ਕੋਈ ਤੰਗ ਪਰੇਸ਼ਾਨ ਤਾਂ ਨੀ ਕਰਦਾ ਇੱਥੇ ਕੋਈ? ਇਹ ਕਮੇਟੀ ਨੂੰ ਬਿਲਕੁਲ ਕੋਈ ਗੱਲ ਨੀ ਹੋਈ ਉਸ ਗੱਲ ਨੂੰ, ਜਿਹੜੀ ਕਹਿੰਦੇ ਆ ਤੁਸੀਂ ਗੁਰਦੁਆਰੇ ਜਾ ਕੇ ਕੈਮਰੇ ਖਿਲਾ ਸਕਦੇ ਆ, ਕੈਮਰੇ ਲੱਗੇ ਆ, ਵੀ ਉਹਨਾਂ ਦੀ ਕੋਈ ਜਾਤੀ ਪ੍ਰਤੀ ਕੋਈ ਬੰਦਾ ਬੋਲਿਆ ਹੋਵੇ ਜਾਂ ਉੱਥੇ 7 ਮੁਲਾਜ਼ਮ ਆ, ਉਹਨਾਂ ਤੋਂ ਪੁੱਛਿਆ ਜਾਵੇ ਵੀ ਇਹਨਾਂ ਦੇ ਬਾਬਤ ਕੋਈ ਬੋਲਿਆ ਹੋਵੇ। ਕਮੇਟੀ 5-6 ਮਹੀਨੇ ਹੋ ਗਏ, ਬਿਲਕੁਲ ਮੇਰੇ ਨਾਲ ਤਾਂ ਗੱਲ ਹੀ ਨੀ ਹੋਈ। ਹਾਲ ਹੋ ਗਏ ਸੇਵਾ ਕਰਦੇ ਨੇ ਤੰਬੂ ਮਾਲ ਸਾਹਿਬ, ਤੇ ਸਾਨੂੰ ਅਭੀ ਸਿੰਘ ਨੇ ਬਹੁਤ ਮੰਦਾ ਚੰਗਾ ਬੋਲਿਆ। ਗੁਰਦੁਆਰੇ ਵਿੱਚ ਅਸੀਂ ਪ੍ਰਸ਼ਾਦਾ ਛਕਣ ਲੱਗੀਆਂ ਸੀ, ਲੰਗਰ ਦੇ ਵਿੱਚ ਬੈਠੀਆਂ, ਸਾਡਾ ਪ੍ਰਸ਼ਾਦਾ ਖਾਣਾ ਉਹਨਾਂ ਨੇ ਦੁੱਬੜ ਕਰ ਦਿੱਤਾ। ਕਹਿੰਦਾ ਤੁਸੀਂ ਚੀਜ਼ਾਂ ਨੂੰ ਹੱਥ ਲਾਉਣੀਆਂ ਵਾ, ਚੂੜੀਆਂ ਪਚੂੜੀਆਂ ਦੱਸਿਆ ਸਾਨੂੰ। ਕਹਿੰਦਾ ਤੁਸੀਂ ਲੰਗਰ 'ਚੋਂ ਬਾਹਰ ਇਹਨਾਂ ਦੇ ਭਾਂਡੇ ਕੱਢੋ, ਇਹਨਾਂ ਦੇ ਇਹਨਾਂ ਨੇ ਚੂੜੀਆਂ ਨੂੰ ਇੱਥੇ ਕਿਉਂ ਵਾੜਿਆ ਵਾ, ਇਹਨਾਂ ਨੂੰ ਬਾਹਰ ਕੱਢ ਦੇਣਾ ਵਾ। ਇਹ ਗੱਲਾਂ ਜਦਾ ਕੇ ਸਾਡੇ ਨਾਲ ਉੱਠ ਗਿਆ, ਅਤੇ ਅਸੀਂ ਚੱਲ ਬਰਦਾਸ਼ਤ ਕਰਤਾ। ਅਸੀਂ ਬਿੰਦਰ ਨੂੰ ਦੱਸਿਆ ਜਾ ਕੇ ਪ੍ਰਧਾਨ ਨੂੰ, ਬਿੰਦਰ ਨੇ ਕਹਿੰਦਾ ਕਿ ਮੈਂ ਆਥਣੇ ਨਿਬੇੜਦਾ ਵਾਂ, ਸਵੇਰੇ ਨਿਬੇੜਦਾ ਵਾਂ। ਤੀਜਾ ਦਿਨ ਆ ਗਿਆ, ਮੁੜ ਕੇ ਫਿਰ ਨਹੀਂ ਉਹਨੇ ਕੁਛ ਨਿਬੇੜਿਆ। ਦੂਜੇ ਦਿਨ ਸਵੇਰ ਨੂੰ ਆ ਕੇ ਉਹਨਾਂ ਦੇ ਭਰਾ ਨੀਲਾ ਸਿੰਘ ਅਤੇ ਇੱਕ ਦੂਜੇ ਉਹ ਦੂਜਾ ਕੀ ਜਗਰਾਜ ਨਹੀਂ ਅੱਬੀ ਅੱਬੀ ਅਤੇ ਜਗਰਾਜ ਅਤੇ ਦੂਜਾ ਉਹ ਸੀਗਾ ਸੇਵਕ, ਅਤੇ ਇੱਕ ਉਹਨਾਂ ਦਾ ਬੇਟਾ ਸੀਗਾ, ਉਹਦਾ ਨਾਂ ਨਹੀਂ ਮੈਨੂੰ ਜਾਣ ਜਾਦੂ, ਜੱਗੀ ਦਾ ਬੇਟਾ ਸੀਗਾ ਜਗਰਾਜ ਸਿੰਘ ਦਾ। ਅਤੇ ਉਹਨਾਂ ਨੇ ਫਿਰ ਸਾਨੂੰ 10 ਜਾਣਿਆਂ ਨੇ ਆ ਕੇ ਬਹੁਤ ਬੋਲੇ ਸਾਨੂੰ, ਇੰਨਾ ਜ਼ਿਆਦਾ ਬੋਲੇ। ਕਹਿੰਦੇ ਤੁਸੀਂ ਸਾਡੇ ਭਰਾ ਦਾ ਭਗਤ ਦਾ ਨਾਂ ਲੈਂਦੀਆਂ ਵਾਂ, ਸਾਡੇ ਮੁੰਡਿਆਂ ਦਾ ਨਾਂ ਲੈਂਦੀਆਂ, ਮੇਰਾ ਨਾਂ ਲੈਂਦੀਆਂ, ਸਾਡੇ ਮੁੰਡਿਆਂ ਨਾਲ ਪੈ ਜਾਂਦੀਆਂ। ਕੁੱਟਮਾਰ ਹੋਈ ਹੈ, ਕਿਉਂ ਹੋਈ ਹੈ ਇਹ ਸਾਨੂੰ ਬਾਅਦ 'ਚ ਅਸੀਂ ਪਰਚਾ ਦੇਤਾ ਜਦੋਂ 10 ਜਾਣੇ ਸਾਡੇ ਗਲ ਪੈ ਗਏ, ਪਰਚਾ ਦੇਤਾ, ਅਤੇ ਅੱਜ ਅਸੀਂ ਜਾਂਦੀਆਂ ਪਈਆਂ ਸੀ ਤੰਬੂ ਮਾਲ ਸਾਹਿਬ ਸੇਵਾ ਕਰਨ। ਰੋਡ 'ਤੇ ਸਾਨੂੰ ਨਹੀਂ ਪਤਾ ਵੀ ਕਿਸੇ ਨੇ ਫੋਨ ਕੀਤਾ ਉਹਨਾਂ ਨੂੰ ਕੀ ਹੋਇਆ ਕੀ ਨਹੀਂ। ਇੱਕਦਮ 5 ਜਾਣੇ ਆ ਗਏ ਸਾਡੇ, ਸਾਨੂੰ ਸੈੱਟ ਲਿਆ ਅਤੇ ਧੱਕੇ ਮਾਰ ਮਾਰ ਕੇ ਸਾਡੇ ਗਲਮੇ 'ਚ ਹੱਥ ਪਾ ਲਿਆ, ਲੀੜੇ ਪਾੜ ਤੇ ਸਾਡੇ, ਸਾਨੂੰ ਕਹਿੰਦੇ ਕੁੱਤਗੋ ਚੂੜ ਗੋ ਤੁਸੀਂ। ਅਸੀਂ ਉੱਥੇ ਤਾਂ ਕਹਿੰਦੇ ਅਸੀਂ ਕੈਮਰੇ ਖੋਲ੍ਹ ਕੇ ਵੇਖਣਾ ਵਾ, ਅਸੀਂ ਹੁਣ ਇੱਥੇ ਕੈਮਰੇ ਦੱਸੋ ਕਿਹੜੇ ਕੈਮਰੇ ਆ। ਅਸੀਂ ਤਾਂ ਸਾਨੂੰ ਵੀ ਤੁਸੀਂ ਰੋਡ 'ਤੇ ਹੀ ਸੈੱਟ ਲਿਆ, ਇੱਥੇ ਕਿਹੜੇ ਕੈਮਰੇ ਆ? ਅਤੇ ਬਹੁਤ ਕੁਛ ਜਗਰਾਜ ਸੀਗਾ, ਅੱਬੀ ਸੀਗਾ, ਨੀਲਾ ਸੀਗਾ, ਸੇਵਕ ਸੀਗਾ। ਅਸੀਂ ਕਹਿੰਦੇ ਹਾਂ ਸਾਡਾ ਇਸ ਗੱਲ ਦਾ ਸਾਨੂੰ ਕੋਈ ਸਾਫ਼ ਮਿਲਣਾ ਚਾਹੀਦਾ ਵਾ। ਇਹ ਕੱਲ੍ਹ ਇੱਕ ਕੰਪਲੇਂਟ ਆਈ ਸੀ ਸਾਡੇ ਕੋਲ ਅਡੀਸ਼ਨਲ SHO ਸਾਹਿਬ ਕੋਲ, ਉਹਨਾਂ ਨੇ ਅੱਗੇ ਮਾਰ ਕੀਤੀ ਮੌਕੇ 'ਤੇ। ਇਹ ਦੋਨੇ ਪਾਰਟੀਆਂ ਆਈਆਂ ਸੀ, ਬੇਸਿਕਲੀ ਜਿਹੜੀ ਮੌਜੂਦਾ ਕਮੇਟੀ ਹੈ ਅਤੇ ਜਿਹੜੀ ਸਾਬਕਾ ਕਮੇਟੀ ਹੈ, ਇਹਨਾਂ ਦੀ ਆਪਸ ਵਿੱਚ ਥੋੜ੍ਹੀ ਬਹੁਤੀ ਟਕਲ ਚੱਲ ਰਹੀ ਹੈ। ਅਤੇ ਆਹ ਜਿਹੜਾ ਮਾਮਲਾ ਵਾ, ਇਹ ਅੱਜ ਉਹ ਕੱਲ੍ਹ ਲੇਡੀਜ਼ ਟਾਈਮ ਲੈ ਗਈਆਂ ਨੇ, ਕਹਿੰਦੇ ਸਾਡੇ ਕੋਲ ਕੋਈ ਬੰਦਾ ਨਹੀਂ ਹੈਗਾ ਵੀ ਸਾਡੇ ਨਾਲ ਮੇਲ ਮੈਂਬਰ ਰਹਿਣੀ, ਅਸੀਂ ਇਕੱਲੀਆਂ ਨਾ, ਕੱਲ੍ਹ ਆਵਾਂਗੀਆਂ। ਅੱਜ ਦਾ ਜਿਹੜਾ ਮਤਲਬ ਇਹਦੇ ਬਾਰੇ ਸਾਡੇ ਕੋਲ ਹਲੇ ਕੋਈ ਇਨਫੋਰਮੇਸ਼ਨ ਨਹੀਂ ਹੈ। ਇਹ ਤੰਬੂ ਮੱਲ ਸਾਹਿਬ ਗੁਰਦੁਆਰਾ ਹੈ ਡਗਰੂ ਪਿੰਡ ਵਿੱਚ, ਉਹਦਾ ਮਾਮਲਾ ਹੈ। ਇਹ ਮਾਮਲਾ ਲੇਡੀਜ਼ ਉੱਥੇ ਕਈ ਸਾਲ ਤੋਂ ਕੰਮ ਕਰਦੀਆਂ ਨੇ, ਇੰਪਲਾਈ ਨੇ ਉਹਨਾਂ ਦੀਆਂ, ਲੰਗਰ ਦੇ ਵਿੱਚ ਸੇਵਾ ਕਰਦੀਆਂ ਨੇ, ਅਤੇ ਇਹਨਾਂ ਦਾ ਕਿਤੇ ਦੁੱਧ ਜਾਂ ਕੋਈ ਇੱਦਾਂ ਦਾ ਸਮਾਨ ਜ਼ਿਆਦਾ ਲੈ ਕੇ ਚੱਲੀਆਂ ਸੀ, ਉਹਦੇ ਕਰਕੇ ਇਹਨਾਂ ਦਾ ਮਸਲਾ, ਉਹਨੂੰ ਰੋਕਿਆ ਉਹਨਾਂ ਨੇ। ਉਸ ਗੱਲ 'ਤੇ ਇਹਨਾਂ ਦਾ ਤੋਂ ਮੈਂ ਹੋਈ ਗਿਆ, ਨਹੀਂ ਮੇਰੇ ਸਾਹਮਣੇ ਹਲੇ ਆਈਆਂ ਨਹੀਂ, ਮੈਨੂੰ ਇਹਨਾਂ ਨਾਲ ਮੁਲਾਕਾਤ ਨਹੀਂ ਹੋਈ, ਅੱਜ ਟਾਈਮ ਰੱਖਿਆ ਸੀਗਾ ਪਰ ਹਲੇ ਤੱਕ ਆਏ ਨਹੀਂ। ਦੂਜੀ ਪਾਰਟੀ ਸਾਰੀ ਕਮੇਟੀ ਮੈਂਬਰ ਅਤੇ ਪੰਚਾਇਤ ਸਾਰੀ ਇੱਥੇ ਆਈ ਹੋਈ ਹੈ। ਦੂਜੀ ਪਾਰਟੀ ਦਾ ਕਹਿਣਾ ਵੀ ਅਸੀਂ ਇਹ ਕਮੇਟੀ ਪੁਰਾਣੀ ਹੈ, ਕਿਸਮੀ ਸਾਡੀ ਨਵੀਂ ਕਮੇਟੀ ਬਣੀ ਹੈ, ਵੀ ਜਦੋਂ ਇਹ ਰਸਤ ਜਾਂਦੀ ਸੀ ਕਈ ਵਾਰੀ ਲੰਗਰ ਆਉਂਦਾ ਅਤੇ ਉਹਦੇ ਵਿੱਚੋਂ ਦੁੱਧ ਘੱਟ ਜਾਂਦਾ ਜਾਂ ਕੁਛ ਹੋਰ, ਅਸੀਂ ਇਹਨਾਂ ਨੂੰ ਕਿਹਾ ਵੀ ਥੋੜ੍ਹਾ ਜਿਹੜਾ ਸਮਾਨ ਹੈ ਇਹਨੂੰ ਤੁਸੀਂ ਵੀ ਜ਼ਿਆਦਾ ਮਿਸਯੂਜ਼ ਕਰ ਨਾ ਕਰੋ, ਨਾ ਲੈ ਕੇ ਜਾਓ, ਵੀ ਪਹਿਲਾਂ ਸੰਗਤ ਨੂੰ ਪੜਦਾ ਵੀ ਜੇ ਕੋਈ ਬਚਦਾ ਤਾਂ ਉਹ ਆਪਾਂ ਲੈ ਕੇ ਜਾ ਸਕਦੇ ਹਾਂ। ਕੌਣ ਕੌਣ ਹੋਰ ਕੌਣ ਸੀ ਉਹਨਾਂ ਦੇ ਨਾਲ, ਹੋਰ ਕੌਣ ਸੀ?